ਅੰਮ੍ਰਿਤਸਰ ਤੋਂ ਅਬਾਊਟ 20 ਕਿਲੋਮੀਟਰ ਦੂਰ ਜੰਡਿਆਲਾ ਗੁਰੂ ਸ਼ਹਿਰ ਹੈਗਾ, ਛੋਟਾ ਜਿਹਾ ਕਸਬਾ ਆ ਜਿੱਥੇ ਠਠੇਰਾ ਜਾਣੀ ਆ ਤੁਸੀਂ ਦੇਖ ਰਹੇ ਹੋ ਪਿੱਤਲ ਦੇ ਕਾਂਸੇ ਦੇ ਬਰਤਨ ਬਣ ਰਹੇ ਹੈਗੇ ਆ ਜੋ ਕਿ ਹੱਥ ਰਾਹੀਂ ਬਣਾਉਂਦੇ ਨੇ। ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਇਹ ਸਾਰਾ ਜਿਹੜਾ ਆਰਟ ਆ ਯੂਨੈਸਕੋ ਨੇ ਇਹਨੂੰ ਮਾਨਤਾ ਦਿੱਤੀ ਹੈਗੀ ਆ। ਇਹ ਬਹੁਤ ਵਿਸ਼ਵ ਪ੍ਰਸਿੱਧ ਪੁਰਾਤਨ ਕਲਾ ਹੈਗੀ ਆ ਜੋ ਕਿ ਇਹਨਾਂ ਕਾਰੀਗਰਾਂ ਨੇ ਅਜੇ ਤੱਕ ਸੰਭਾਲ ਕੇ ਰੱਖੀ ਉਹ ਹੈਗੀ ਆ। ਇਹ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਜਿਹੜੇ ਕਾਰੀਗਰ ਆਪਣੇ ਹੱਥਾਂ ਦੀ ਕਲਾ ਰਾਹੀਂ ਸਾਰਾ ਇਹੋ ਕਰ ਰਹੇ ਹੈਗੇ ਆ। ਇਹਦੇ ਬਾਰੇ ਅਸੀਂ ਬਾਕੀ ਹੋਰ ਕਾਰੀਗਰਾਂ ਨਾਲ ਵੀ ਗੱਲਬਾਤ ਕਰਾਂਗੇ ਅਤੇ ਸਾਰਾ ਇਹ ਪ੍ਰੋਗਰਾਮ ਤੁਹਾਨੂੰ ਦਿਖਾਉਂਦੇ ਹੈਗੇ। ਹਾਂਜੀ ਭਾਈ ਸਾਹਿਬ, ਤੁਹਾਡਾ ਨਾਂ ਕੀ ਆ? ਰਮੇਸ਼ ਕੁਮਾਰ ਜੀ। ਰਮੇਸ਼ ਕੁਮਾਰ ਜੀ, ਇਹ ਕਿੱਤਾ ਕਿੰਨੀ ਦੇਰ ਤੋਂ ਕੰਮ ਕਰਦੇ ਤੁਸੀਂ? ਇਹ ਸਾਡੇ ਬਾਪ ਦਾਦਾ ਦੇ ਹੋ ਗਏ, ਘੱਟੋ ਘੱਟ 100 ਸਾਲ ਪੁਰਾਣਾ ਕੰਮ ਹੈ ਜੀ। 100 ਸਾਲ ਪੁਰਾਣਾ? ਹਾਂਜੀ ਹਾਂਜੀ। ਅਤੇ ਆਪਾਂ ਨੂੰ ਤਾਂ 2016 ਤੋਂ ਮਿਲੇ ਅਸੀਂ ਪ੍ਰਦਰਸ਼ਨੀਆਂ ਬਾਹਰ ਲਾਉਣ ਦੀਆਂ, ਸੰਗੀਤ ਨਾਟਕ ਅਕੈਡਮੀ ਦੀ ਦਿੱਲੀ ਤੋਂ। ਅੱਛਾ ਜੀ। ਉੱਥੇ ਮੈਂ 4-5 ਲਾ ਕੇ ਆਇਆ ਦਿੱਲੀ। ਸੰਗੀਤ ਨਾਟਕ ਅਕੈਡਮੀ ਉੱਥੇ ਕੀ ਲਾਇਆ ਹੈਗਾ? ਪ੍ਰਦਰਸ਼ਨੀ ਲਾਈ। ਪ੍ਰਦਰਸ਼ਨੀ ਲਾਈ? ਜੰਮੂ ਵੀ ਲਾਈ। ਜੰਮੂ ਵੀ ਲਾਈ? ਬੰਬੇ ਮੇਕ ਇਨ ਇੰਡੀਆ ਉੱਥੇ ਵੀ ਲਾ ਗਏ ਆ। ਅੱਛਾ, ਇਹ ਜਿਹੜਾ ਹੱਥ ਦਾ ਜਿਹੜਾ ਸਮਾਨ ਆ, ਹਾਂਜੀ ਸਾਰਾ ਉੱਥੇ ਤੁਸੀਂ ਦਿਖਾਇਆ ਹੈਗਾ? ਹਾਂਜੀ ਦਿਖਾਇਆ, ਉੱਥੇ ਵਿਕਿਆ ਵੀ, ਚੰਗਾ ਵੀ ਦਿਖਾ ਰਿਹਾ, ਵਿਕਿਆ ਵੀ ਹੈਗਾ, ਲੋਕਾਂ ਨੂੰ ਪਸੰਦ ਵੀ ਆਇਆ ਹੈਗਾ। ਪਸੰਦ ਬਹੁਤ ਜ਼ਿਆਦਾ ਆ। ਹੁਣ ਇਹ ਯੂਨੈਸਕੋ ਨੇ ਇਹਨੂੰ ਮਾਨਤਾ ਦੇ ਦਿੱਤੀ ਹੈਗੀ ਆ, ਵਰਲਡ ਦੀ ਬੜੀ ਔਰਗਨਾਈਜੇਸ਼ਨ ਹੈ ਯੂਨੈਸਕੋ ਨੇ। ਹਾਂ, ਅਤੇ ਇਹ ਵਿਸ਼ਵ ਵਿਰਾਸਤ ਦਾ ਇਹਨੂੰ ਦਰਜਾ ਮਿਲ ਗਿਆ ਹੈਗਾ। ਇਹਦੇ ਨਾਲ ਤੁਸੀਂ ਦੱਸੋ ਮੌਜੂਦਾ ਤੌਰ 'ਤੇ ਕੀ ਤੁਹਾਡੀਆਂ ਸਮੱਸਿਆਵਾਂ ਹੈਗੀਆਂ? ਸਮੱਸਿਆਵਾਂ ਕਿ ਹੁਣ ਲੋਕ ਕੰਮ ਨਹੀਂ ਕਰਦੇ, ਜਿਹੜੇ ਨਵੀਂ ਪੀੜ੍ਹੀ ਆ ਨਹੀਂ ਕੰਮ ਨਹੀਂ ਕਰਦੇ, ਪਰ ਨਵੀਂ ਪੀੜ੍ਹੀ ਤੋਂ ਤਾਂ ਕੰਮ ਕਰਾਉਣਾ ਹੈਗਾ। ਇਹਨਾਂ ਨੂੰ ਮਿਹਨਤ ਨਹੀਂ ਮਿਲਦੀ, ਇਹਨਾਂ ਨੂੰ ਮਿਹਨਤ ਨਹੀਂ ਮਿਲਦੀ, ਕਸੇਰੇ ਇਹਨਾਂ ਨੂੰ ਦਬਾ ਕੇ ਰੱਖਦੇ ਆ, ਢੇਲੀ ਢੇਲੀ ਇਹਨਾਂ ਦਾ ਵੱਟਾ ਵਧਾਉਂਦੇ ਆ। ਓਹੋ, ਆਪ 10-10 ਰੁਪਏ ਬਾਅਦ 12-12 ਰੁਪਏ ਕਿਲੋ ਵੱਧ ਲੈਂਦੇ। ਅੱਛਾ ਅੱਛਾ। ਹਾਂਜੀ ਹਾਂਜੀ, ਇਹ ਇਹਨਾਂ ਨੂੰ ਮਿਹਨਤ ਦਾ ਮੁੱਲ ਨਹੀਂ ਮਿਲਦਾ, ਅੱਗੋਂ ਜਿਹੜੀ ਨਵੀਂ ਪੀੜ੍ਹੀ ਕੰਮ ਜੀ ਪੈਂਦੀ ਨਵੀਂ ਪੀੜ੍ਹੀ। ਫਿਰ ਤਾਂ ਇੱਕ ਸਟੇਜ 'ਤੇ ਸਾਰੀ ਵਿਰਾਸਤ ਖਤਮ ਹੋ ਜਾਵੇਗੀ, ਕਿੱਦਾਂ ਖਤਮ ਹੋ ਜਾਵੇਗੀ? ਹਾਂਜੀ, ਵੱਧ ਤੋਂ ਵੱਧ 2-4-5 ਸਾਲ ਹੋਰ, 10 ਸਾਲ ਕੰਮ ਚੱਲੂ ਇਸ ਤੋਂ ਬਾਅਦ ਨਹੀਂ ਹੱਥ। ਉਹ ਤੋਂ ਬਾਅਦ 'ਚ ਆਹ ਵੇਖੋ ਬੰਦਾ ਬੁੱਢਾ ਆ ਗਿਆ ਵੇ, ਕਿੰਨਾ ਚਿਰ ਕੰਮ ਕਰ ਰਿਹਾ। ਉਹ ਆ ਜਾਓ ਇੱਧਰ ਰੰਗ ਕਰਦੇ। ਹਾਂ ਦੇਖ ਰਹੇ ਹਾਂ, ਬਜ਼ੁਰਗ ਕਿੰਨਾ ਚਿਰ ਕੰਮ ਕਰੂਗਾ ਜੀ। ਹਾਂ, ਇਹਨਾਂ ਦੀ ਕਿੰਨੀ ਉਮਰ ਹੋਏਗੀ? 75 ਸਾਲ ਦੀ ਉਮਰ। 75 ਸਾਲ ਦੀ ਉਮਰ, ਵਾਹ ਜੀ ਵਾਹ। ਹਾਂਜੀ ਬਾਪੂ ਜੀ, ਤੁਹਾਡਾ ਨਾਂ ਕੀ ਆ? ਇਹ ਕਿੰਨੇ ਕੁ ਸਾਲਾਂ ਤੋਂ ਕੰਮ ਕਰਦੇ ਇਹੋ? ਕਿੰਨੇ ਸਾਲਾਂ ਤੋਂ ਕੰਮ ਕਰਦੇ ਇਹੋ? ਮੈਂ ਕੰਮ ਕਰਨਾ 65 ਸਾਲ ਤੋਂ। 65 ਸਾਲ ਤੋਂ, ਵਾਹ 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 ਵਾਹ। ਕਿੰਨੇ ਕੁ ਪੈਸੇ ਕਮਾ ਲੈਂਦੇ ਹੁਣ? ਪੈਸੇ ਕਿੰਨੇ ਕਮਾ ਲੈਂਦੇ ਹੋ? ਦਿਹਾੜੀ ਕਿੰਨੀ ਕੁ ਬਣਦੀ ਆ? ਦਿਹਾੜੀ 250 ਰੁਪਏ। ਓ, ਬਹੁਤ ਥੋੜੀ ਆ ਬਈ, 250। ਦਰਸ਼ਕੋ ਜੀ, ਤੁਸੀਂ ਦੇਖ ਰਹੇ ਹੋ ਅੱਜ ਦੀ ਡੇਟ 'ਚ 75 ਸਾਲ ਦੇ ਬਜ਼ੁਰਗ ਆ, ਅਤੇ 250 ਰੁਪਏ ਨਾਲ ਅੱਜ ਕੱਲ੍ਹ ਕੀ ਬਣਦਾ ਹੋਏਗਾ, ਕਿਵੇਂ ਗੁਜ਼ਾਰਾ ਹੋਏਗਾ, ਅਤੇ ਅਗਲੀ ਪੀੜ੍ਹੀ ਜਿਹੜੀ ਹੈਗੀ ਆ ਕਿਵੇਂ ਇਸ ਕਿੱਤੇ ਵਿੱਚ ਆਏਗੀ? ਤੁਹਾਡੇ ਬੱਚੇ ਕੀ ਆ ਬਜ਼ੁਰਗ ਬੱਚੇ? ਹਾਂ, ਉਹ ਕੰਮ ਨਹੀਂ ਕਰਦੇ। ਉਹ ਨਹੀਂ ਕਰਦੇ? ਕਿੰਨੇ ਬੱਚੇ ਆ ਤੁਹਾਡੇ? ਮੇਰੇ ਬੱਚੇ 2 ਕੀ ਕਰਦੇ? ਕੀ ਆ ਉਹ? ਉਹ ਇੱਕ ਦਾ ਨਾਲ ਕੰਮ ਕਰਦਾ। ਇੱਕ ਨਾਲ ਹੀ ਕਰਦਾ? ਅੱਛਾ। ਦੂਸਰੀ ਨੌਕਰੀ ਕਰਦਾ ਬਾਜ਼ਾਰ। ਅੱਛਾ, ਕਾਹਦੀ ਨੌਕਰੀ ਕਰਦਾ? ਇਹ ਦੁਕਾਨ 'ਤੇ। ਦੁਕਾਨ 'ਤੇ? ਅੱਛਾ ਅੱਛਾ ਅੱਛਾ। ਦਰਸ਼ਕੋ, ਇੱਕ ਹੋਰ ਕਾਰੀਗਰ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਆ। ਇਹ ਦੇਖੋ ਮੈਨੂਲੀ ਇਹਨੂੰ ਸਿੱਧਾ ਕਰ ਰਹੇ ਹੈਗੇ। ਹਾਂਜੀ ਭਾਈ ਸਾਹਿਬ, ਤੁਹਾਡਾ ਨਾਂ ਕੀ ਆ? ਰਕੇਸ਼ ਕੁਮਾਰ ਜੀ। ਰਕੇਸ਼ ਕੁਮਾਰ, ਕਿੰਨੀ ਉਮਰ ਹੈ ਇਸ ਵੇਲੇ ਤੁਹਾਡੀ? 53 ਸਾਲ। ਕਿੰਨੇ ਕੁ ਸਾਲਾਂ ਤੋਂ ਕੰਮ ਕਰਦੇ ਇਹੋ? 40 ਸਾਲ ਤੋਂ। 40 ਸਾਲ ਤੋਂ, ਇਹਦਾ ਮਤਲਬ ਉਸ ਵੇਲੇ ਬਹੁਤ ਛੋਟੀ ਉਮਰ ਹੋਏਗੀ ਤੁਹਾਡੀ। 13-14 ਸਾਲ ਦੀ ਉਮਰ ਤੋਂ। ਕਿੰਨੇ ਕੁ ਪੈਸੇ ਕਮਾ ਲੈਂਦੇ ਅੱਜ ਦੀ ਡੇਟ 'ਚ? ਕੁਛ ਨਹੀਂ ਜੀ, ਮਜ਼ਦੂਰ ਨਾਲ ਕੰਮ ਬੁਰਾ ਹਾਲ ਆ। ਮਜ਼ਦੂਰ ਨਾਲ ਫਿਰ ਵੀ 250-300 ਕਮਾ ਲੈ। 300 ਰੁਪਈਆ ਜੀ। 300 ਰੁਪਇਆ। ਇਹ ਦਰਸ਼ਕੋ ਦੇਖ ਲਓ ਵੀ 12 ਘੰਟਿਆਂ 'ਚ, 12 ਘੰਟੇ ਕੰਮ ਕਰਦੇ ਆ ਅਤੇ 300 ਰੁਪਇਆ ਕਮਾਉਂਦੇ ਆ, ਅਤੇ 300 ਰੁਪਏ ਵਿੱਚ ਅੱਜ ਦੀ ਡੇਟ 'ਚ ਕੀ ਇਹੋ ਕੰਮ ਹੁੰਦਾ? ਇਹ ਵਿਰਾਸਤ ਸਾਡੇ ਪੰਜਾਬ ਵਿੱਚੋਂ ਖੁੱਸ ਜਾਏਗੀ ਜੇ ਕੁਛ ਸਰਕਾਰਾਂ ਨੇ ਜਾਂ ਇਸ ਤਰ੍ਹਾਂ ਦਾ ਕੋਈ ਇਹਨਾਂ ਦੀ ਵੈਲਫੇਅਰ ਲਈ ਨਾ ਕੰਮ ਕੀਤਾ ਹੈਗਾ।
ਇੱਕ ਹੋਰ ਕਾਰੀਗਰ ਨਾਲ ਜਿਹੜਾ ਅਸੀਂ ਕਰ ਰਹੇ ਹੈਗੇ ਆ। ਮੈਂ ਤਾਂ ਇੱਕ ਹੀ ਸੰਗਣਾ ਫੜਿਆ। ਬਾਪੂ ਜੀ ਤੁਹਾਡਾ ਨਾਂ ਕੀ ਆ? ਮੇਰਾ ਨਾਮ ਗੁਰਜੀਤ ਸਿੰਘ ਹੈ। ਅੱਛਾ, ਕਿੰਨੀ ਕੁ ਉਮਰ ਹੈ ਤੁਹਾਡੀ? ਉਮਰ ਕਿੰਨੀ ਕੁ ਹੈ? ਮੇਰੀ ਉਮਰ ਕੋਈ 2-70 ਹੋ ਗਈ। ਅੱਛਾ, 78। ਤੇ ਇਹ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਤੁਸੀਂ? ਮੇਰੀ ਉਮਰ ਆ ਹੀ ਕੋਈ 17-18 ਸਾਲ। ਕਿੰਨੇ ਕੁ ਪੈਸੇ ਕਮਾ ਲੈਂਦੇ ਹੋ ਹੁਣ ਅੱਜ ਕੱਲ੍ਹ? 50 ਸਾਲ ਹੋ ਗਿਆ ਕਰਦਾ। ਕਿੰਨੇ ਪੈਸੇ ਕਮਾ ਲੈਂਦੇ ਦਿਨ 'ਚ? ਦੇਖੋ, ਇਹ ਕਹਿੰਦੇ ਮਿਹਨਤ ਆ, ਆ ਪੱਠੀ ਲੱਗੀ ਹੋ ਦਰਸ਼ਕੋ। ਇਸ ਉਮਰ 'ਚ ਵੀ ਇਹ ਜਿਹੜਾ ਹੈਗਾ ਇਹ ਹਸਤਕਾਰੀ ਦਾ ਕੰਮ ਜਿਹੜਾ ਹੈਗਾ, ਇੱਕ ਸਾਡਾ ਵਿਰਾਸਤੀ ਕੰਮ ਆ, ਉਹ ਕਰ ਰਹੇ ਹੈਗੇ ਆ। ਸੋ ਇਹਨਾਂ ਬਾਰੇ ਬਹੁਤ ਕੁਝ ਸੋਚਣ ਦੀ ਲੋੜ। ਇਹਨਾਂ ਦਾ ਹੀਟ ਵਿੱਚ ਅੱਖਾਂ ਵੀ ਖਰਾਬ ਹੋ ਗਈਆਂ, ਦੇਖ ਰਹੇ ਹੋ ਤੁਸੀਂ। ਹਾਂਜੀ ਭਾਈ ਸਾਹਿਬ, ਤੁਹਾਡਾ ਨਾਂ ਕੀ ਆ? ਕਿੰਨੀ ਕੁ ਉਮਰ ਆ ਤੁਹਾਡੀ? 46 ਸਾਲ 40। ਕਿੰਨੇ ਕੁ ਸਾਲਾਂ ਤੋਂ ਕੰਮ ਕਰਦੇ ਹੋ? ਕਿੰਨੇ ਕੁ ਪੈਸੇ ਦਿਨ ਚ ਕਮਾ ਲੈਂਦੇ ਮਿਹਨਤ ਮਜ਼ਦੂਰੀ ਕਰਕੇ? 2-400 ਰੁਪਇਆ। ਇਹ ਤਾਂ ਬਹੁਤ ਥੋੜਾ ਹੈ, ਇਹਦੇ ਨਾਲ ਫਿਰ ਗੁਜ਼ਾਰਾ ਕਿਵੇਂ ਹੁੰਦਾ ਹੋਏਗਾ ਤੁਹਾਡਾ? ਟਾਈਮ ਪਾਸ ਕਰਦੇ ਆ। ਚਲੋ ਦਰਸ਼ਕੋ, ਇਹ ਦੇਖ ਲਓ, ਇਹ ਜਿਹੜੀਆਂ ਪਿੱਤਲ ਦੀਆਂ ਪਰਾਤਾਂ ਆ, ਇਹ ਵਾਲਾ ਕੰਮ ਕਰ ਰਹੇ ਹੈਗੇ। ਤੁਹਾਡੇ ਬੱਚੇ ਕਿੰਨੇ ਆ? 2 ਜੀ। ਕੀ ਕਰਦੇ ਉਹ? ਉਹ ਭਾਈ ਪੜ੍ਹਦੇ ਜੀ। ਪੜ੍ਹਦੇ ਆ ਹੈਗੇ। ਉਹਨਾਂ ਨੂੰ ਵੀ ਇਸ ਕੰਮ 'ਚ? ਸਰਕਾਰੀ ਸਕੂਲ ਪੜ੍ਹਦੇ ਜੀ, ਪ੍ਰਾਈਵੇਟ ਨਹੀਂ ਪੜ੍ਹਦੇ ਜੀ। ਸਰਕਾਰੀ ਸਕੂਲ 'ਚ ਉਹਨਾਂ ਨੂੰ ਵੀ ਇਸ ਕੰਮ 'ਚ ਪਾਓਗੇ ਕਿ ਨਹੀਂ? ਨਹੀਂ ਜੀ, ਕਦੀ ਨਹੀਂ। ਕਦੀ ਨਹੀਂ? ਕਦੀ ਨਹੀਂ ਪਾਵਾਂਗੇ। ਕਿਉਂ? ਇਹ ਕੰਮ ਹੈਗਾ ਹੋਣੀ ਜੀ, ਇਹ 'ਚ ਕੁਛ ਨਹੀਂ ਹੈਗਾ। ਹਾਂਜੀ, ਇੱਕ ਹੋਰ ਕਾਰੀਗਰ ਨਾਲ ਜਿਨ੍ਹਾਂ ਨੇ ਕੰਮ ਛੱਡ ਦਿੱਤਾ। ਭਾਈ ਸਾਹਿਬ, ਤੁਹਾਡਾ ਨਾਂ ਕੀ ਆ? ਮੇਰਾ ਨਾਮ ਸ਼ਿੰਦਾ ਜੀ। ਤੁਸੀਂ ਕਿੰਨੇ ਕੁ ਸਾਲ ਕੰਮ ਕੀਤਾ ਸੀ? ਮੈਂ ਘੱਟੋ ਘੱਟ ਵੀ 20 ਸਾਲ ਕੰਮ ਕੀਤਾ ਸੀ। ਛੱਡ ਕਿਉਂ ਦਿੱਤਾ ਫਿਰ? ਬਸ ਵੈਸੇ ਗੁਜ਼ਾਰਾ ਨਹੀਂ ਚੱਲਦਾ ਕੰਮ ਤੋਂ ਜੀ। ਓਹੋ, ਕਿੰਨੇ ਬੱਚੇ ਆ ਤੁਹਾਡੇ? ਮੇਰੇ ਵੀ 2 ਬੱਚੇ। ਕੀ ਕਰਦੇ ਅੱਜ ਕੱਲ੍ਹ ਉਹ? ਉਹ ਪੜ੍ਹਦੇ ਆ ਸਕੂਲ। ਹੁਣ ਅੱਜ ਕੱਲ੍ਹ ਕੀ ਕਰਦੇ ਫਿਰ ਤੁਸੀਂ? ਵੈਸੇ ਕਿਸੇ ਦੁਕਾਨ ਤੇ ਸਰਵਿਸ ਕਰੀ ਦੀ ਆ। ਦੁਕਾਨ ਤੇ ਸਰ, ਉਧਰ ਸਰਵਿਸ ਕਰਕੇ ਤੁਹਾਨੂੰ ਜ਼ਿਆਦਾ ਫਾਇਦਾ ਹੈ? ਹਾਂਜੀ, ਇਸ ਕੰਮ ਨਾਲ। ਹਾਂਜੀ। ਹੁਣ ਇੱਕ ਹੋਰ ਜੰਡਿਆਲਾ ਗੁਰੂ ਚ ਸ਼ੋਪ, ਜਿਹੜਾ ਕਿ ਇਹ ਵੀ ਇਸ ਤਰ੍ਹਾਂ ਦਾ ਸਮਾਨ ਵੇਚਦੇ ਹੈਗੇ, ਇਹਨਾਂ ਵਿੱਚ ਮੈਂ ਆਇਆ ਹੈਗਾ। ਆਓ, ਇਹਨਾਂ ਨਾਲ ਥੋੜ੍ਹੀ ਜਿਹੀ ਗੱਲਬਾਤ ਕਰਦੇ ਹਾਂ। ਤੁਹਾਡਾ ਨਾਂ ਕੀ ਹੈ ਭਾਈ ਸਾਹਿਬ? ਮੇਰਾ ਨਾਂ ਹੈ ਜੀ ਅਸ਼ੋਕ ਕੁਮਾਰ। ਮੈਂ 1973 ਦਾ ਇਸ ਕੰਮ ਦੇ ਵਿੱਚ ਲੱਗਾ ਹਾਂ। 1973? ਹਾਂਜੀ। ਮੈਂ ਸਰਵਿਸ 'ਤੇ ਜਾਣ ਲੱਗਾ, ਮੇਰੇ ਫਾਦਰ ਨੇ ਨਹੀਂ ਜਾਣ ਦਿੱਤਾ। ਮੈਂ JEE ਸਿਲੈਕਟ ਹੋਇਆ ਸੀ ਟੈਲੀਫੋਨ ਡਿਪਾਰਟਮੈਂਟ 'ਚ। ਅਖੀਰ ਹੁਣ ਭਰਾ ਵੀ ਵੱਖਰੇ ਹੋ ਗਏ, ਕੱਲੇ ਕੱਲੇ ਰਹਿ ਗਏ। ਸਾਡਾ ਰੋਲਿੰਗ ਮਿਲ ਸੀ, ਵੱਡੇ ਬ੍ਰਦਰ ਦੀ ਐਕਸੀਡੈਂਟ ਡੈਥ ਹੋ ਗਈ, ਉਹ ਵੀ ਬੰਦ ਹੋ ਗਿਆ। ਹਾਂਜੀ ਹਾਂਜੀ। ਤੇ ਕਾਰੋਬਾਰ ਵੀ ਉਹਨਾਂ ਦਾ ਬੰਦ ਹੋ ਗਿਆ, ਟੋਟਲ ਲੋਕ ਲੱਗ ਗਿਆ। ਹੁਣ ਪਿੱਤਲ ਦਾ ਕੰਮ ਜਿਹੜਾ ਬਿਲਕੁਲ ਡੈਡ ਹੋ ਚੁੱਕਾ ਸੀ, ਹੁਣ ਫਿਰ ਚਾਲੂ ਹੋ ਗਿਆ। ਹੁਣ ਦੁਨੀਆ ਬਹੁਤ ਡਿਮਾਂਡ ਕਰਨ ਲੱਗ ਪਈ ਹੈ ਪਿੱਤਲ ਵਾਲੇ। ਜਿਹੜਾ ਬਰਤਨਾਂ ਵਿੱਚ ਜਿਹੜਾ ਖਾਣਾ ਖਾਂਦੇ ਹੋ, ਸਿਹਤ ਲਈ ਅੱਛਾ ਹੁੰਦਾ ਹੈਗਾ ਨਾ? ਪਹਿਲਾਂ ਜਿਹੜੀ ਸਿਲਵਰ ਹੈ, ਤੁਸੀਂ ਐਕਚੁਅਲੀ ਕਦੀ ਵੀ ਦੇਖੋ, ਤੁਹਾਡੇ ਘਰ ਜੇ ਕੋਈ ਇੱਕ ਟੱਬ ਪਿਆ, ਜੇ ਉਹ ਪਾਣੀ ਦਾ ਭਰਿਆ ਤਾਂ ਸਵੇਰੇ ਤੁਸੀਂ ਦੇਖੋਗੇ ਉਹਦੇ ਵਿੱਚ ਬੁਲਬਲੇ ਹੋਣਗੇ, ਉੱਠਦੇ ਆ। ਇਹਦਾ ਮਤਲਬ ਇਹ ਹੋਇਆ ਕਿ ਸਿਲਵਰ ਸੌਲੇ ਵਾਲਾ ਘੁਲ ਰਹੀ, ਉਹ ਬਿਮਾਰੀਆਂ ਕੈਂਸਰ ਨੂੰ ਪੈਦਾ ਕਰ ਰਹੀ। ਹਾਂਜੀ ਹਾਂਜੀ। ਪਿੱਤਲ ਤੇ ਤਾਂਬਾ ਜਿਹੜਾ ਬਿਲਕੁਲ ਨਹੀਂ ਘੁਲਦਾ, ਉਹ ਸਿਹਤ ਲਈ ਸਭ ਤੋਂ ਜ਼ਿਆਦਾ ਫਾਇਦੇਮੰਦ। ਬਹੁਤ ਅੱਛੀ ਗੱਲ ਆ, ਇਹ ਲੋਕਾਂ ਨੂੰ ਹੁਣ ਸ਼ਾਇਦ ਸਮਝ ਆਈ ਹੈਗੀ। ਹਾਂ ਅਸ਼ੋਕ ਕੁਮਾਰ ਜੀ, ਇਹ ਕਿਹੜੇ ਕਿਹੜੇ ਬਰਤਨ ਆ? ਇਹ ਜੀ ਪਿੱਤਲ ਦੀ ਵਲਟੋਰੀ ਆ, ਇਸ ਤੋਂ ਇਲਾਵਾ ਤੁਹਾਨੂੰ ਮੈਂ ਹੋਰ ਦਿਖਾਉਂਦਾ। ਇਹ ਵੀ ਅੱਜ ਲੈਂਦੇ ਆ ਲੋਕੀ? ਹਾਂਜੀ ਲੈ ਰਹੇ, ਬਹੁਤ ਅੱਛਾ। ਵਿਆਹ ਸ਼ਾਦੀਆਂ ਚ ਲੈਂਦੇ ਹੈਗੇ। ਹੋਰ ਕੀ ਆ? ਇਹ ਤਾਂਬੇ ਦੀ ਦੇਗ ਆ ਜੀ। ਇਹ ਤਾਂਬੇ ਦੀ, ਕੀ ਬਾਤ! ਇਹ ਲੰਗਰ ਜਾਂ ਗੁਰਦੁਆਰਾ ਮੰਦਰਾਂ ਵਿੱਚ ਜਾਂਦੀ ਹੋਣੀ ਹੈ ਨਾ? ਇਹ ਪਿੱਤਲ ਦੀ ਕੜਾਈ ਹੈ ਜੀ, ਪਿੱਤਲ ਦੀ ਕੜਾਈ। ਹਾਂ ਵਾਹ ਵਾਹ, ਬਹੁਤ ਵਧੀਆ। ਇਹ ਛੋਟੀਆਂ ਵੱਡੀਆਂ ਕੜਾਈਆਂ ਹੈਗੀਆਂ, ਸਾਰੇ ਸਾਈਜ਼ ਮਿਲ। ਥੋੜਾ ਥੋੜਾ ਦਿਖਾ ਦਿਓ ਸਾਰੀਆਂ ਜਿਹੜੀਆਂ। ਇੱਕ ਮੈਂ ਆਈਟਮ ਹੋਰ ਦਿਖਾਉਣਾ ਜੀ ਤੁਹਾਨੂੰ। ਇਹ ਕੀ ਚੀਜ਼ ਹੈ ਜੀ? ਇਹਨੂੰ ਰੰਗਜਨ ਕਹਿੰਦੇ ਆ ਜੀ, ਇਹ ਕਾਰਗਿਲ ਲੇਹ ਲਦਾਖ ਚ ਜਾਂਦਾ ਜੀ। ਓਹੋ, ਇਹ ਤਾਂ ਮੈਂ ਪਹਿਲੀ ਵਾਰੀ ਦੇਖਿਆ ਹੈਗਾ। ਇਹਦੇ ਵਿੱਚ ਕੀ ਕਰਦੇ ਉਹ? ਇਹਦੇ ਵਿੱਚ ਉਹ ਸਬਜ਼ੀਆਂ ਇਸ ਬਰਤਨ ਚ ਬਣਾਉਂਦੇ ਆ ਜੀ। ਅੱਛਾ ਅੱਛਾ ਅੱਛਾ, ਕਾਰਗਿਲ ਲੇਹ ਲਦਾਖ ਚ ਜਾਂਦਾ ਹੈਗਾ। ਵੈਰੀ ਗੁੱਡ। ਹੋਰ ਕੀ ਹੈ ਤੁਹਾਡੇ ਕੋਲ? ਇਹਨੂੰ
ਸਿਪਰੀ ਕਹਿੰਦੇ ਆ ਜੀ, ਤਾਂਬੇ ਦੀ ਸਿਪਰੀ, ਉਹ ਖੋਖਰੇ ਸਾਈਜ਼ ਚ ਤਾਂਬੇ ਦੀ ਸਿਪਰੀ। ਵਾਹ ਜੀ ਵਾਹ। ਹਾਂ ਹਾਂ, ਇਹ ਚਾਵਲ ਵਗੈਰਾ ਬਣਾਉਣ ਲਈ ਕੰਮ ਆਉਂਦੀ ਹੈ ਜਾਂ ਸਬਜ਼ੀ? ਨੌਨ ਵੈਜ ਵਾਸਤੇ ਸਭ ਤੋਂ, ਨੌਨ ਵੈਜ ਲਈ ਸਭ ਤੋਂ ਵਧੀਆ। ਹਾਂਜੀ ਅਸ਼ੋਕ ਜੀ, ਇਹ ਕੀ ਆ? ਇਹਨੂੰ ਚਾਹ ਵਾਸਤੇ। ਅੱਛਾ, ਤਾਂਬੇ ਦਾ ਇਹ ਸਾਰਾ ਪੂਰਾ ਤਾਂਬੇ ਤੇ ਅੰਦਰੋਂ ਕਲੀ ਹੋਇਆ, ਅੰਦਰ ਕਲੀ ਆ। ਇਹਦੀ ਚਾਹ ਅਜੂਬਾ ਹੀ ਹੁੰਦੀ ਹੈ ਜੀ। ਵਾਹ ਜੀ ਵਾਹ। ਅੱਜ ਤੋਂ 30 ਸਾਲ ਤੋਂ ਡੀਏਵੀ ਕਾਲਜ ਫਾਰ ਬੋਇਜ਼ ਅੰਮ੍ਰਿਤਸਰ ਚਾਹ ਵਾਲਾ ਇੱਕ ਹੈ। ਅੱਛਾ, ਉਹਦੇ ਕੋਲ ਸਾਰਾ ਦਿਨ ਰਸ਼ ਰਹਿੰਦਾ, ਉਹਦੀ ਚਾਹ ਇੰਨੀ ਟੇਸਟੀ ਹੁੰਦੀ ਹੈ ਕਿ ਉਹਨੂੰ ਵਾਰੀ ਨਹੀਂ ਆਉਂਦੀ। ਅੱਛਾ, ਉਹ ਇਹਦੇ ਵਿੱਚ ਇਸ ਬਰਤਨ ਵਿੱਚ ਬਣਾਉਂਦਾ ਇਸ ਤਰ੍ਹਾਂ ਦੇ? ਹਾਂਜੀ, ਤਾਂਬੇ ਦੇ। ਤਾਂਬੇ ਦੇ, ਹਾਂ। ਹੋਰ ਕੀ ਕੀ ਆ ਤੁਹਾਡੇ ਕੋਲ? ਹੋਰ ਜਾਂ ਪਿੱਤਲ ਦੇ ਬਰਤਨ ਆ ਜੀ, ਪਿੱਤਲ ਦੇ ਪਤੀਲੇ, ਪਿੱਤਲ ਦੇ ਬਰਤਨ। ਇਹ ਹੁਣ ਲੋਕਾਂ ਵਿੱਚ ਜਿਵੇਂ ਤੁਸੀਂ ਦੱਸ ਰਹੇ ਅਵੇਅਰਨੈਸ ਤਾਂ ਆ ਗਈ ਹੈ ਨਾ ਪਿੱਤਲ ਦੇ ਬਰਤਨ ਲੈਣੇ ਲਈ, ਹੁਣ ਡਿਮਾਂਡ ਵਧ ਹੀ ਜਾਂਦੀ ਹੈ ਜੀ। ਹਾਂ, ਇਹ ਮਟਕਾ ਤਾਂਬੇ ਖੋਲ ਕੇ ਦਿਖਾ ਦਿਓ। ਆ ਜੀ ਮਟਕਾ ਤਾਂਬੇ ਦਾ, ਇਹਦੀ ਅੰਦਾਜ਼ਨ ਕਿੰਨੀ ਕੁ ਕੋਸਟ ਹੋਏਗੀ? ਇਹ ਹੋਏਗਾ ਜੀ 800 ਰੁਪਏ ਦਾ। 800 ਦਾ, ਬਹੁਤ ਅੱਛਾ। ਹਾਂਜੀ ਅਸ਼ੋਕ ਜੀ, ਇਹ ਕੀ ਆ? ਇਹ ਪਰਾਤ, ਪਰਾਤ ਆ। ਹਾਂ ਵਾਹ ਵਾਹ ਵਾਹ। ਇਹ ਪਿੱਛੇ ਬਿਲਕੁਲ ਵਿਕਣੀ ਬੰਦ ਹੋ ਗਈ ਸੀ, ਹੁਣ ਫੇਰ ਇਕਦਮ ਡਿਮਾਂਡ ਬਹੁਤ ਨਿਕਲੀ। ਅੱਛਾ, ਇਹ ਕਿੱਥੇ ਵੇਚਦੇ ਹੋ ਵੈਸੇ? ਅਸੀਂ ਤੇ ਬਹੁਤਾ ਇੱਥੇ ਵੇਚਦੇ ਹਾਂ, ਸਾਡੇ ਕੋਲ ਇੱਥੋਂ ਆ ਕੇ ਜਿਹਨੂੰ ਲੋੜ, ਜਿਹੜੇ ਜ਼ਰੂਰ ਇੱਥੋਂ ਆ ਕੇ ਲਾ। ਦਰਸ਼ਕੋ, ਤੁਸੀਂ ਵੀ ਜੇ ਅੰਮ੍ਰਿਤਸਰ ਜਾਂਦੇ ਹੋ ਗੋਲਡਨ ਟੈਂਪਲ ਜਾਂ ਵਾਹਗਾ ਬਾਰਡਰ ਜੰਡਿਆਲੇ, ਰੁਕ ਕੇ ਅਸ਼ੋਕ ਜੀ ਦੀ ਦੁਕਾਨ ਤੇ ਆ ਕੇ ਇਹਨਾਂ ਕੋਲ ਸਾਰਾ ਇਹ ਦੇਖੋ ਸਮਾਨ ਹੈਗਾ, ਬਹੁਤ ਹੀ ਵਧੀਆ। ਮੈਂ ਵੀ ਆਪਣੇ ਘਰ ਲਈ ਕੁਛ ਨਾ ਕੁਛ ਜਦੋਂ ਵੀ ਮੈਨੂੰ ਜ਼ਰੂਰਤ ਹੋਏਗਾ ਕੁਛ ਨਾ ਕੁਛ। ਆਹ ਦੇਖੋ ਬਹੁਤ ਵਧੀਆ। ਅਗਲੇ ਫਿਰ ਦੇਖੋ ਪਤੀਲਾ ਜੀ, ਹੈਂ ਵਾਹ ਵਾਹ। ਇਹ ਅਸਲੀ ਸਾਡੇ ਪੰਜਾਬ ਦੀ ਵਿਰਾਸਤ ਹੈਗੀ ਆ, ਜਿਹੜਾ ਕਿ ਲੋਕ ਭੁੱਲ ਚੁੱਕੇ ਆ, ਇਹਨੂੰ ਮੁੜ ਕੇ ਰਿਵਾਈਵ ਕਰਨ ਦੀ ਲੋੜ ਆ। ਦਰਸ਼ਕੋ, ਇੱਕ ਹੋਰ ਸ਼ੋਪ ਵਿੱਚ ਆਏ ਹੈ, ਇਹਨਾਂ ਨੇ ਬੜਾ ਚਮਕਾ ਕੇ ਪਿੱਤਲ ਦਾ ਸਮਾਨ ਰੱਖਿਆ ਹੈਗਾ, ਬਹੁਤ ਸੋਹਣਾ ਲੱਗ ਰਿਹਾ ਹੈਗਾ। ਇਹ ਦੱਸ ਦਿਓ ਵੀ ਥੋੜਾ ਥੋੜਾ ਤੁਹਾਡਾ ਨਾਂ ਕੀ ਆ? ਮੇਰਾ ਨਾਮ ਵਿੱਕੀ ਹੈ। ਵਿੱਕੀ, ਵਾਹ ਜੀ ਵਾਹ। ਕਿੰਨੇ ਕੁ ਦੇਰ ਤੋਂ ਇਸ ਬਿਜ਼ਨਸ ਵਿੱਚ ਜੁੜੇ ਹੋ? ਇਹ ਤਾਂ ਆਪਾਂ ਹੁਣ ਹੀ ਸਾਲ ਕੁ ਹੋਇਆ ਜੇ। ਸਾਲ ਕੁ ਹੋਇਆ। ਇਹ ਦੱਸ ਦਿਓ ਕੀ ਆ ਤੁਹਾਡੇ ਕੋਲ? ਸਾਡੇ ਕੋਲ ਗਲਾਸ ਹੈਗੇ ਤਾਂਬੇ ਦੇ। ਆ ਲਓ ਜੀ, ਤਾਂਬੇ ਦੇ ਗਲਾਸ ਹੈ, ਬਹੁਤ ਸੋਹਣੇ ਤਾਂਬੇ ਪਿੱਤਲ ਦੇ। ਆ ਪਿੱਤਲ ਹੈਗੀ ਸਾਰੀ ਜਿੰਨੀ। ਅੱਛਾ, ਇਹ ਪਿੱਤਲ ਆ? ਹਾਂਜੀ, ਸਾਰੇ ਪਿੱਤਲ ਆ। ਹਾਂ ਹਾਂ। ਬਹੁਤ ਖੂਬਸੂਰਤ ਲੱਗਦੇ ਹੈਗੇ। ਇਹ ਪਾਲਿਸ਼ ਕਿੰਨੀ ਕੁ ਦੇਰ ਤੇ ਰਹਿ ਜਾਂਦੀ ਇਹ? ਪਾਲਿਸ਼ ਕਾਫੀ ਚਿਰ ਨਾ ਹੀ ਹੁੰਦੀ ਆ, ਹੱਥ ਨਾਲ ਲੱਗਣ ਤੇ ਜੇ ਪਾਣੀ ਪੂਣੀ ਲੱਗਦਾ ਨਾ ਫਿਰ ਛੇਤੀ ਕਾਲੇ ਹੋ ਜਾਂਦੇ, ਉਦਾਂ ਨਹੀਂ ਹੁੰਦੇ ਛੇਤੀ। ਪਰ ਇਹ ਤਾਂਬਾ ਜਿਹੜਾ ਉਹ ਛੇਤੀ ਕਾਲਾ ਰਹਿੰਦਾ। ਆਹ ਤਾਂਬੇ ਦੇ ਆ? ਹਾਂ ਹਾਂਜੀ, ਤਾਂਬੇ ਦੇ ਹੱਥ ਲਾ ਕੇ ਕਾਲੇ ਹੋ ਜਾਂਦੇ। ਇਹ ਹੱਥ ਲਾ ਉੱਪਰ ਵਾਲਾ ਤਾਂਬੇ ਦੇ, ਉਹ ਵੀ ਤਾਂਬਾ ਲਓ ਜੀ। ਆਹ ਬਰਤਨ ਆ? ਹਾਂਜੀ ਹਾਂਜੀ, ਬੋਲ ਬੋਲ ਬੋਲ। ਇਹ ਫਿਰ ਇਹਨਾਂ ਨੂੰ ਉਹ ਕੀ ਹੁੰਦਾ, ਰਸਤ ਨਹੀਂ ਲੱਗਦਾ? ਫਿਰ ਖਰਾਬ ਨੀ ਹੁੰਦੇ, ਤੇ ਨਾਲੇ ਕਲੀ ਬਹੁਤ ਵਧੀਆ ਹੁੰਦੀ ਆ ਬੋਡੀ ਵਾਸਤੇ ਅੰਦਰ ਜਾਂਦੀ ਨਾ ਜਦੋਂ। ਅੱਛਾ ਅੱਛਾ, ਬਹੁਤ ਸਹੀ ਠੰਡੀ ਕਲੀ ਦੀ ਤਸੀਰ ਠੰਡੀ ਹੁੰਦੀ ਆ। ਇਹ ਕਿੰਨੀ ਦੇਰ ਬਾਅਦ ਕਲੀ ਕਰਾਉਣੀ ਪੈਂਦੀ? ਕਲੀ 5-6 ਮਹੀਨੇ ਬਾਅਦ ਹੈ? ਨਹੀਂ ਨਹੀਂ, ਕਾਫੀ ਦੇਰ ਲੰਘ ਜਾਂਦੀ ਹੈ। ਕਾਫੀ ਦੇਰ ਲੰਘ ਜਾਂਦੇ, ਇੰਨੀ ਛੇਤੀ ਨਹੀਂ ਜਾਂਦੀ ਜੀ। ਚਲੋ ਵਧੀਆ। ਆ ਜਿਹੜੀਆਂ ਆਹ ਗਾਗਰਾਂ ਪਾਣੀ ਨੇ ਕਿ ਜਾਂ ਕਾਹਦੇ ਲਈ? ਇਹ ਦਾਲ ਦੁੱਧ ਨੂੰ ਵਧੀਆ ਗੜਕਾਉਣ ਲਈ। ਹਾਂ ਹਾਂ, ਪਹਾੜਾਂ ਦੇ ਵਿੱਚ ਲੱਗਦੀ ਜੀ ਬਹੁਤ ਜ਼ਿਆਦਾ। ਅੱਛਾ, ਇਹ ਪਹਾੜਾਂ ਵਿੱਚ ਲੱਗਦੀ ਹੈ? ਇਸੇ ਕਰਕੇ ਲੰਗਰ ਦੀ ਦਾਲ ਸਵਾਦ ਹੁੰਦੀ ਹੈ, ਕਿਉਂਕਿ ਇਹਨਾਂ ਵਿੱਚ ਪਿੱਤਲ ਦੇ ਜਾਂ ਤਾਂਬੇ ਦੇ ਬਰਤਨਾਂ ਵਿੱਚ ਬਣਾਉਂਦੇ ਆ। ਮਿਹਰਬਾਨੀ। ਲਓ ਜੀ, ਇੱਕ ਹੋਰ ਅਸੀਂ ਪੀਲਾ ਹੋ ਜਾਂਦਾ ਨਾ ਫਿਰ। ਹਾਂਜੀ ਹਾਂਜੀ, ਕਿੰਨੇ ਕ ਪੈਸੇ ਕਮਾ ਲੈਂਦੇ ਹੋ? ਪੈਸੇ ਟਾਈਮ ਪਾਸ ਹੀ ਆ, ਟਾਈਮ ਪਾਸ ਹੀ ਆ।
ਪਹਿਲਾਂ ਤਾਂ ਬਹੁਤ ਜ਼ਿਆਦਾ ਹੋਣਗੇ ਦੁਕਾਨਾਂ, ਪਹਿਲੋ ਇੱਦਾਂ 15 ਬੰਦੇ ਕੰਮ ਕਰਦੇ, 2 ਰਹਿ ਗਏ। ਅੱਛਾ, 2 ਰਹਿ ਗਏ ਤੇ ਅੱਜ ਲੱਗਾ ਨਹੀਂ ਮੇਰੇ ਨਾਲ। 15 ਕਹਿੰਦੇ ਸੀਗੇ ਵਰਕਰ ਇਹਨਾਂ ਕੋਲ, ਹੁਣ 2 ਰਹਿ ਗਏ। ਆਹ ਰੂਲਾ ਬਾਂਧਦਾ 2 ਦਿਨ ਚੱਲਦਾ ਸਾਰਾ, ਜਿਹੜਾ ਸਾਨੂੰ 15 ਦਿੰਦੇ। ਪਹਿਲਾਂ 4 ਚੱਲਦੇ ਸੀ, ਇੱਕ ਥੱਲੜਾ ਹਿੱਸਾ ਹੁੰਦਾ ਕੁਤਲਾ, ਇਹਦਾ ਹੱਥ ਨਾਲ ਸਾਰਾ ਬਣਦਾ। ਆਹ ਚੀਜ਼ ਲੱਕੜ ਦਾ ਥੋੜਿਆ ਉੱਪਰ ਉਹਦੇ ਨਾਲ ਡੂੰਘਿਆ ਡਾਈਆਂ ਕਰਕੇ ਨਾ, ਤੇ ਆਹ ਟਾਕੀ ਵਿੱਚ ਕੱਢਦੀ ਦੀ ਆ, ਇਹਦਾ ਤਿਆਰ ਹੁੰਦਾ। ਆਹ ਚਾਦਰ ਆ ਰੂਲ ਵਾਲੇ ਦਿੰਦੇ ਆ ਨਾ ਜੀ, ਇਹ ਕਦੇ ਬੰਦ ਹੋ ਗਈ ਹੈ ਦਰਸ਼ਕੋ, ਇਹ ਤੁਸੀਂ ਦੇਖ ਰਹੇ ਹੋ ਰੂਲ ਵਾਲਾ ਹਾਲ ਨਾ, ਐਡੇ ਗੋਲੇ ਹੀ ਹੁੰਦੇ ਆ ਵੇਲ ਦੇ ਵਿੱਚ, ਪੱਤਰਾ ਬਣ ਜਾਂਦਾ ਗਲੀ ਜਿਹੜੀ ਗਏ।